थोड़े दिन पहला तुम्हें याद होना है कि अफीम पड़ी सी किया था तो बरेली तो वाया ट्रेन लेके आता सी जेल तो आन तो बाद भी वारदात है भाई इदा की वारदात इदा भी होनी है जी रिपोर्टेड भी नहीं है भाई वारदात है नौ हफ्ते ना तो गना ही दर्द जिदे जेल कट गया जलंधर के रहने वाले दो सुनील कुमार से लवप्रीत सिंह सुनील कुमार है लवप्रीत सिंह है तो गुरनाम सिंह दो भरा इन्होंने दो ब्रदर्स 25-26 साल की इन्होंने उम्र है हरियाणा पिंड के रहने वाले मुकदमा दर्ज होया है तो डीसीपी इन्वेस्टिगेशन चार सीगे नहीं क्रेडिट नहीं हूँ तक तो नहीं आई क्रेडिट बट चार सीगे डीसीपी इन्वेस्टिगेशन साहब की सुपरविजन च क्राइम ब्रांच ने बढ़िया काम किया दूजा थोड़े दिन पहला तुम्हें याद होना है कि अफीम पड़ी सी अपना दो किलो उदा ही फॉरवर्ड बैकवर्ड लिंकेजेस सीआईए ने दो किलो होर अफीम फड़ी है एक आकाश नाम का व्यक्ति गिरफ्तार किया गया बरेली तो वाया ट्रेन लेके आता सी इहदा प्रश्न उठ गया हुण कोई मुर्जी रहेगा मगर बाहर तीजा जिहड़ा उह गोली चली सी गोली ट्रैवल एजेंट ट्रैवल उहदे विचों एक बंदा कौन होर गिरफ्तार किया दिल्लीओं आपां देखिआ इह वी इनवॉल्व सीगा उस दिन नहीं उस दिन तो पहला ये भी रेकी करन च इनवॉल्व सी रोहित नाम है रेकी करन च इनवॉल्व सी रेकी करन च रेकी करन च दो दिन पहले गोली चलाने गोली चलाने इतना भी इतना तो नाम हाँ हाँ सब है अब तो प्रेस नोट सेपरेट प्रेस हाँ सर तदले तेरे बड़े 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 चार मुड़े पड़े हैं एक चार तीन मुड़े खड़ा है भाई जेल तो आन तो बाद भी वारदात है फड़े वेले इंजर्ड हो गए एडमिट लिखा दोनों वेले ना जो पुलिस चेंज कर रही थी डिग पे फड़े कुछ मोटरसाइकिल ते नहीं कुछ चलते भी हैं ये बुलेरो जिहड़ा सीगा इन्हां दे एक बंदे दे मामे दा बुलेरो सी वो फौरन चलांदा बिना पुछे गया सी एक चेनी भी इन्हां ने किसी मुथूट फाइनेंस नूं दित्ती है चेन करके लोन लेता है वी आर गोइंग टू बुक मुथूट फाइनेंस पीपल इन्हां ने जो मोबाइल कवर कीते है ये जिन्ने कवर ने दा मतलब इसमें वध इन्हां दे कोल हां हां ये तो हो गया बड़ी आ रही है
ਅੱਜ ਮਾਰਨਿੰਗ ਚ ਫਿਰ ਉਹਨੇ ਵਾਰਦਾਤ ਕੀਤੀ ਹੈ। ਇਹ ਗੁਰੂ ਨਾਨਕਪੁਰਾ ਫਾਟਕ ਲੱਗ ਗਿਆ ਤੜਕੇ 4 ਵਜੇ ਬਲਟਨ ਪਾਰ ਦੇ ਨੇ। ਨਹੀਂ ਨਹੀਂ ਗੁਰੂ ਨਾਨਕਪੁਰਾ ਵੀ ਕੀਤੀ ਉਹਨਾਂ ਨੇ ਅੱਜ ਵੀ ਟ੍ਰੇਸ ਦਾ ਉਹ ਰੈਡ ਵਾਲਾ ਬੰਦਾ ਜਿਹਨੂੰ ਪਿਆ ਉਹ ਪਲਾਟ ਉਹ ਹੋਰ ਕੋਈ ਕੁਝ ਇਹਦੇ ਬਾਰੇ ਦੱਸ ਦਿਓ ਜਿਹੜਾ ਦਿੱਲੀੋਂ ਲੈ ਕੇ ਆਏ ਆ ਇਹ ਹੁਣ ਲੈ ਕੇ ਆਏ ਨੇ ਓਕੇ ਵੀ ਕਰੈਕਟ ਕਰ ਰਹੇ ਆ ਓਕੇ ਬਾਕੀ ਦੋਨਾਂ ਕਰਦੇ ਨੇ। ਅੱਜ ਤਿੰਨ ਇਸ਼ੂਸ ਤੇ ਪ੍ਰੈਸ ਕਾਨਫਰੰਸ ਕੀਤੀ ਗਈ ਹੈ। ਇੱਕ ਤਾਂ ਕੁਝ ਦੋ ਤਿੰਨ ਦਿਨ ਪਹਿਲੇ ਵਾਰਦਾਤ ਹੋਈ ਸੀਗੀ, ਵੀਡੀਓ ਕਾਫੀ ਵਾਇਰਲ ਹੋਈ ਸੀਗੀ। ਬੈਲੋਰੋ ਗੱਡੀ ਵਿੱਚ ਤਿੰਨ ਚਾਰ ਮੁੰਡੇ ਨਿਕਲਦੇ ਹੈ, ਇੱਕ ਬੰਦੇ ਨੂੰ ਕੁੱਟ ਰਹੇ ਖੋ ਕਰ ਰਹੇ। ਉਹ ਸਪੈਸ਼ਲ ਬ੍ਰਾਂਚ ਨੇ ਡੀਸੀਪੀ ਇਨਵੈਸਟੀਗੇਸ਼ਨ ਦੀ ਸੁਪਰਵਿਜ਼ਨ ਚ ਇਨਵੈਸਟੀਗੇਸ਼ਨ ਦੀ ਸੁਪਰਵਿਜ਼ਨ ਚ ਉਹ ਟਰੇਸ ਕਰ ਲਿਆ। ਇਹ 21 ਪਿੰਡ ਦੇ ਤਿੰਨ ਮੁੰਡੇ ਸੀਗੇ, ਬਲੈਰੋ ਉਹਨਾਂ ਦੇ ਰਿਸ਼ਤੇਦਾਰ ਦੀ ਸੀਗੀ। ਅਤੇ ਹੁਣ ਤੱਕ ਦੀ ਇਨਵੈਸਟੀਗੇਸ਼ਨ ਇੰਟਰੋਗੇਸ਼ਨ ਚ 22 ਵਾਰਦਾਤਾਂ ਹੀ ਮੰਨੀ, 9 ਪਰਚੇ ਨਾਂ ਤੇ ਪਹਿਲਾਂ ਹੀ ਦਰਜ ਹੈ, ਜਿਹਦੇ ਵਿੱਚ ਇਹ ਜੇਲ੍ਹ ਕੱਟ ਕੇ ਆਏ ਅਲੱਗ ਅਲੱਗ ਟਾਈਮ ਤੇ, ਕੋਈ 2 ਮਹੀਨੇ ਪਹਿਲੇ ਆਇਆ, ਕੋਈ 6 ਮਹੀਨੇ ਪਹਿਲੇ ਆਇਆ, 25-26 ਸਾਲ ਇਹਨਾਂ ਦੀ। ਬਾਕੀ ਇਹਦੇ 'ਚ ਇਨਵੈਸਟੀਗੇਸ਼ਨ ਜਾ ਰਹੀ ਹੈ। ਦੂਜਾ, ਕੁਛ ਦਿਨ ਪਹਿਲਾਂ CIA ਨੇ 2 ਕਿਲੋ ਅਫੀਮ ਫੜੀ ਸੀਗੀ। ਉਹਦੀ ਬੈਕਵਰਡ ਫੋਰਵਰਡ ਲਿੰਕੇਜਸ ਨੂੰ ਦੇਖਦੇ ਹੋਏ 2 ਕਿਲੋ ਅਫੀਮ ਪਿਓਰ ਦੁਬਾਰਾ ਫੜੀ ਗਈ ਹੈ। ਇੱਕ ਵਿਅਕਤੀ ਵੀ ਗ੍ਰਿਫਤਾਰ ਹੋਇਆ। ਟ੍ਰੇਨ 'ਚ ਰੇਲਵੇ ਦੇ ਥਰੂ ਆਉਂਦਾ ਸੀਗਾ ਟ੍ਰੇਨ 'ਚ, ਅਤੇ ਬਰੇਲੇ ਦਾ ਰਹਿਣ ਵਾਲਾ ਹੈ। ਇਹਦੀ ਵੀ ਆਪਾਂ ਅੱਗੇ ਫੋਰਵਰਡ ਬੈਕਵਰਡ ਲਿੰਕੇਜਸ ਕਰ ਰਹੇ ਹਾਂ। ਪਲੱਸ ਤੀਜਾ, ਜਿਹੜਾ ਟਰੈਵਲ ਏਜੰਟ 'ਤੇ ਗੋਲੀ ਚੜੀ ਸੀਗੀ ਗੱਡੀ 'ਤੇ, ਅਤੇ ਫਰੋਟੀ ਮੰਗੀ ਸੀ, ਇੱਕ ਹੋਰ ਬੰਦਾ ਆਪਾਂ ਗ੍ਰਿਫਤਾਰ ਕੀਤਾ ਅਤੇ ਹਰਿਆਣਾ ਦਾ ਰਹਿਣ ਵਾਲਾ, ਇਹਨੇ 13 ਤਰੀਕ ਨੂੰ ਵੀ ਗ੍ਰਿਫਤਾਰ ਕੀਤੀ ਸੀਗੀ। ਗੋਲੀ ਚਲਾਉਣ 'ਚ ਤਾਂ ਕੋਈ ਹੱਥ ਨਹੀਂ ਸੀਗਾ, ਬਟ ਹੀ ਵਾਜ਼ ਆਲਸੋ ਇਨਵੋਲਵਡ ਇਸ ਪਾਰਟ ਆਫ ਦਾ ਸੇਮ ਗੈਂਗ। ਇਹਦੀ ਵੀ ਇਨਵੈਸਟੀਗੇਸ਼ਨ ਅਤੇ ਇੰਟਰੋਗੇਸ਼ਨ ਚੱਲ ਰਹੀ ਹੈ। ਸਰ ਇੱਕ ਗੱਲ ਕਰੀਏ, ਲਗਾਤਾਰ ਜਿਹੜੀਆਂ ਵਾਰਦਾਤਾਂ ਲੁੱਟਖੋਹਾਂ ਦੀ ਹੋ ਰਹੀਆਂ, ਬਲੈਰੋ ਗੱਡੀ ਦੇ ਵਿੱਚ ਕਿਹੜੇ ਲਗਾਤਾਰ ਵਾਰਦਾਤਾਂ ਕਰ ਰਹੇ, ਇਹ ਕਿੰਨੀਆਂ ਉਸ ਦਿਨ ਵਾਰਦਾਤਾਂ ਕੀਤੀਆਂ ਸੀ ਇਹਨਾਂ ਨੇ? ਇਹ 20 ਤਾਂ ਡਾਕੂਮੈਂਟਡ ਜੀ, ਕੁਛ ਇੱਦਾਂ ਦੀ ਵੀ ਹੋਣੀਆਂ ਜਿਹੜੀ ਅਨਰਿਪੋਰਟਡ। ਇਹ ਰਾਤ ਦੇ ਸਮੇਂ ਕਰਦੇ ਸੀ ਜਾਂ ਦਿਨ ਦਿਹਾੜੇ ਵੀ? ਲੇਟ ਨਾਈਟ, ਲਗਾਤਾਰ CCTV ਫੁਟੇਜ ਵੀ ਸਾਹਮਣੇ ਆ ਰਹੀ ਹੈ ਕਈ ਐਕਟਿਵਾ ਤੇ ਜਾ ਕੇ, ਸੇਮ ਬੰਦੇ ਹੀ ਹੈ ਜਾਂ ਕੋਈ ਹੋਰ? ਮੋਸਟ ਪ੍ਰੋਬਬਲੀ ਇਹ ਸੇਮ ਬੰਦੇ। ਸਾਰੀ ਵਾਰਦਾਤ ਦਾ ਪਲੈਟ ਤੇ ਕੀਤੀ ਜਾਂ ਹੋਰ ਵੀ ਕਿਨਾਂ? ਨਹੀਂ, ਹੋਰ ਪੈਦਲ ਵੀ ਕੀਤੇ ਕਿਸੇ ਹੋਰ ਦੇ ਗੱਡੀ 'ਚ, 2-ਵੀਲਰ ਤੇ ਵੀ ਕੀਤੇ। ਇਹ ਡਰੱਗ ਐਡਿਕਟਿਵ ਨੇ? ਹਾਂ, ਨਸ਼ਾ ਕਰਦੇ। 15 ਦਿਨਾਂ ਦੇ ਵਿੱਚ 38 ਵਾਰਦਾਤਾਂ ਲੁੱਟ ਖੋਹ ਦੀਆਂ ਹੋਈਆਂ ਸਰ, ਇਸ ਬਾਰੇ ਕੀ ਕਹਿਣਾ? ਟ੍ਰੇਸ ਹੋ ਗਏ 50% ਆਲਮੋਸਟ ਸਾਰੀ ਟ੍ਰੇਸ।